ਅਸੀਂ ਇਸ ਕੰਮ ਨੂੰ ਜੋਬ ਦੀ ਤਰ੍ਹਾਂ ਲੈਂਦੇ ਹਾਂ। ਇਹ ਨਹੀਂ ਕਹਿੰਦੇ ਵੀ ਸਾਡਾ ਘਰ ਦਾ ਕੰਮ ਆ, ਅਸੀਂ ਤਾਂ ਕਰਦੇ ਪਏ ਹਾਂ, ਜਾਂ ਫਾਦਰ ਸਾਹਿਬ ਦੀ ਹਾਂ ਉਹ ਗੱਲ ਵੱਖਰੀ ਆ, ਹੈਲਪ ਵੀ ਹੁੰਦੀ ਆ, ਬਟ ਅਸੀਂ ਇਹਨੂੰ ਜੋਬ ਦੀ ਤਰ੍ਹਾਂ ਹੀ ਲੈਂਦੇ ਹਾਂ। ਉਹੀ ਜਿਹੜੇ 8-9 ਘੰਟੇ ਬਾਕੀ ਮੁੰਡੇ ਕੰਮ ਕਰਦੇ, ਉਹਨਾਂ ਦੇ ਨਾਲ ਹੀ ਉਵੇਂ ਹੀ ਕੰਮ ਕਰੀਦਾ। ਵਰਕਸ਼ਾਪ ਦੇ ਉੱਪਰ ਹੀ ਸਾਡੀ ਰਿਹਾਇਸ਼ ਆ, ਹਾਂਜੀ। ਤਾਂ ਆਪਾਂ ਸਿਰਫ ਮਤਲਬ ਕੋਈ ਜ਼ਰੂਰੀ ਕੰਮ ਹੋਵੇ ਤਾਂ ਹੀ ਘਰ ਮਤਲਬ ਜਾਈਦਾ, ਨਹੀਂ ਤਾਂ ਨਹੀਂ, ਇੱਥੇ ਹੀ ਹੁੰਦੇ ਆ ਸਾਰੇ, ਮਾਂ ਮੰਮੀ ਡੈਡੀ ਸਾਰੇ ਸਿਸਟਰ ਇੱਥੇ ਹੀ ਘੁੰਮਦੇ ਫਿਰਦੇ ਰਹਿੰਦੇ ਆ ਸਾਰੇ ਜਣੇ, ਹਾਂਜੀ ਹਾਂਜੀ। ਬਿਊਟੀ ਪਾਰਲਰ ਦਾ ਕਰ ਲਈ ਹੈ ਸਟਿਚਿੰਗ, ਹੁਣ ਸਾਰੇ ਇਸ ਲਾਈਨ 'ਚ ਹੀ ਜਾਈ ਜਾਣਗੇ। ਮੀਨਸ ਕਿੰਨੇ ਕੁ ਆਪਾਂ ਸੂਟ ਪਾ ਲਾਂਗੇ ਜਾਂ ਕਿੰਨਾ ਕੁ ਆਪਾਂ ਮੇਕਅਪ ਕਰ ਲਾਂਗੇ, ਕੁਛ ਹੁਣ ਇੱਧਰਲੀ ਲਾਈਨ ਦੇ ਵਿੱਚ ਵੀ ਤਾਂ ਕਿਸੇ ਨੇ ਆਉਣਾ ਆ। ਹੁਣ ਨੌਜਵਾਨ ਤਾਂ ਸਾਰਾ ਬਾਹਰ ਜਾ ਰਿਹਾ ਵਾ। ਡੈਡੀ ਨੂੰ ਵੀ ਕਹੀਦਾ ਵੀ ਹੁਣ ਆਪਾਂ ਕੰਮ ਹੀ ਕਰੀਏ ਨਾ, ਕਿਤੇ ਇੱਕ ਦਿਨ ਤਾਂ ਚਾਹੀਦਾ ਵੀ ਆਪਾਂ ਬਾਹਰ ਕਿਤੇ ਜਾ ਕੇ ਆਈਏ, ਜਾ ਆਈਦਾ ਆ, ਕਿਤੇ ਟਾਈਮ ਲੱਗਦਾ ਆ। ਤਾਂ ਹੁਣ ਇਹਨੇ ਕੱਲ੍ਹ ਜਾਣਾ, ਪੁੱਛ ਰਹੀ ਆ ਡੈਡੀ ਜੀ ਮੈਂ ਜਾਇਆ, ਮੈਂ ਲੜਕੇ ਨੂੰ ਛੱਡ ਪਰਾ, ਤੂੰ ਕੀ ਕਰਨਾ ਕੰਮ ਕਰ ਲਾ, ਘਰਦੇ ਫਿਰ ਕਹਿ ਦਿੰਦੇ ਰਹਿਣ ਦੋ, ਰਹਿਣ ਦੋ, ਕੀ ਕਰਨਾ ਉੱਥੇ ਜਾ ਕੇ ਪੈਸੇ ਖਰਾਬ ਕਰਕੇ ਆਂਗੀ, ਟਾਈਮ ਖਰਾਬ ਕਰਕੇ ਆਂਗੀ, ਉਹ 2 ਘੰਟੇ ਇੱਥੇ ਲਾ ਲਾ। ਇਹ ਖਰੀਦਦੇ ਆ ਸਮਾਨ, ਇਹ ਹੀ ਲਿਆਉਂਦੀਆਂ, ਮੈਂ ਤਾਂ ਇੱਥੇ ਵਰਕਸ਼ਾਪ 'ਚ ਨਾਲ ਬਣਾਉਂਦੇ ਹਾਂ, ਅਤੇ ਹੁਣ ਜਿਹੜਾ ਫਿਰ ਵਿੱਚ ਪੂਰਾ ਜ਼ਿਆਦਾ ਵਿਚਰਨ ਲੱਗ ਪਏ ਨਿਆਣੇ ਸਾਡੇ, ਕੰਮ ਕਰਨ ਲੱਗ ਪਏ ਉਹਦੇ ਨਾਲ। ਮੈਂ ਤਾਂ ਨੋਰਮਲੀ ਆਪਾਂ ਜਿੱਦਾਂ ਨੋਰਮਲੀ ਵੀਡੀਓ ਪਾਉਂਦੇ ਹਾਂ ਵੀ ਚੱਲ ਬਸ ਕੰਮ ਕਰ ਰਹੀ ਹੈ, ਮੈਂ ਕਿਸੇ ਨੂੰ ਕੈਮਰਾ ਫੜਾਉਂਦਾ, ਫੜੀ ਮਰਜ਼ੀ ਮੇਰੀ ਵੀਡੀਓ ਬਣਾਈ ਕੰਮ ਕਰਦੀ ਦੀ, ਸੋ ਪਾ ਕੇ ਉੱਦਾਂ ਹੀ ਪੋਸਟ ਕਰ ਦੇਣੀ। ਮੈਨੂੰ ਨਹੀਂ ਸੀ ਪਤਾ ਵੀ ਵੀਡੀਓਜ਼ ਇੰਨੀਆਂ ਵਾਇਰਲ ਹੋਣਗੀਆਂ ਮੇਰੇ ਕੰਮ ਕਰਨ ਦੀਆਂ। ਔਖਾ ਤਾਂ ਲੱਗਦਾ ਹੋਊਗਾ ਹੈ ਨਾ ਵੀ ਹੁਣ ਯਾਰ ਵੀ ਕੰਮ ਵੀ ਪਿਆ ਗਾ, ਮੂਹਰੇ ਕੰਮ ਵੀ ਕਰਨ ਵਾਲਾ ਗਾ, ਨਵੇਂ ਆਰਡਰ ਵੀ ਆਏ ਪਏ ਨੇਗੇ, ਹੁਣ ਕਿਵੇਂ ਕੰਮ ਛੱਡ ਕੇ ਜਾਈਏ? ਔਖਾ ਤਾਂ ਲੱਗਦਾ ਹੋਣਾ, ਔਖਾ ਤਾਂ ਲੱਗਦਾ, ਕੰਮ ਵੀ ਤਿਆਰ ਵੀ ਕਰਨਾ ਸਮਾਨ, ਦਿਹਾੜੀ ਟੁੱਟਣ ਦਾ ਵੀ ਡਰ ਰਹਿੰਦਾ ਆ, ਫਿਰ ਛੁੱਟੀ ਹੋ ਜਾਣੀ ਆ, 300-400 ਰੁਪਇਆ ਮਰ ਜਾਣਾ ਸਾਡਾ, ਉੱਤੋਂ ਦੀ 2000 ਖਰਚ ਕੇ ਆਵਾਂਗੇ। ਕਾਲਜ ਦੇ ਵਿੱਚ ਜਾਂਦੇ ਹੋਵੋਗੇ ਹੈ ਨਾ, ਕਾਲਜ ਤੁਹਾਡੀਆਂ ਫਰੈਂਡ ਸਰਕਲ 'ਚ ਕੁੜੀਆਂ ਹੋਣਗੀਆਂ ਜਾਂ ਫਿਰ ਤੁਹਾਡੇ ਟੀਚਰ ਹੋਣਗੇ, ਉੱਥੇ ਜੇ ਕੋਈ ਮਾੜੀ ਮੋਟੀ ਟਾਕੀ ਟੁਕੀ ਖਰਾਬ ਹੁੰਦੀ ਹੋਊਗੀ ਤੁਹਾਨੂੰ ਕਹਿੰਦੇ ਜਾਂ ਫਿਰ ਬਾਹਰ ਬੁਲਾਉਂਦੇ ਹੈਗੇ? ਨਹੀਂ, ਅਜੇ ਕਿਸੇ ਨੂੰ ਇੰਨਾ ਪਤਾ ਤਾਂ ਨਹੀਂ ਹੈਗਾ, ਪਰ ਮੈਂ ਦੇਖ ਰਹੀ ਹੁੰਦੀ ਹਾਂ ਵੀ ਕਾਲਜ 'ਚ ਇੱਦਾਂ ਵੈਲਡਿੰਗ ਕੀਤੀ, ਮੈਂ ਦੱਸਦੀ ਹੁੰਦੀ, ਮੈਂ ਕਿਹਾ ਆਹ ਕੀ ਕੀਤਾ, ਕਿਤਾ ਗੰਦ ਪਾਇਆ ਹੋਇਆ, ਚੱਜ ਨਾਲ ਲੇਅਰ ਵੀ ਨਹੀਂ ਲੱਗੀ ਹੈਗੀ, ਫਿਰ ਨਾਲ ਦੇ ਕਹਿੰਦੇ ਉਹਨਾਂ ਨੇ ਤੇਰੇ ਤੋਂ ਨਹੀਂ ਕਰਾਈ ਹੈਗੀ ਹੈ ਨਾ, ਤਾਂ ਕਰਕੇ। ਜਿੰਨਾ ਕੁ ਅਸੀਂ ਵਜ਼ਨ ਚੱਕ ਸਕਦੀਆਂ ਵਾ, 25-20 ਕਿਲੋ ਜਿੰਨਾ ਕੁ ਵੀ ਉਨਾ ਕੁ ਚੱਕ ਲਈਦਾ, ਬਾਕੀ ਸਾਰੇ ਹੈਲਪ ਕਰਦੇ ਆ, ਇਹ 'ਚ ਕੋਈ ਪ੍ਰੋਬਲਮ ਵੀ ਹਾਂ ਕੰਮ ਹੈ ਵੀ ਆ, ਹਾਂ ਆਪਾਂ ਇੱਦਾਂ ਕੁੜੀਆਂ ਇੱਦਾਂ ਥੋੜ੍ਹਾ ਕਰ ਸਕਦੀਆਂ ਵੀ ਗੰਦਾ ਗੰਦਾ ਨਹੀਂ, ਮਤਲਬ ਵੀ ਮਿੱਟੀ ਨਾ ਜਾਂ ਅੱਖਾਂ ਨੂੰ ਧੂੰਆਂ ਚੜ੍ਹਦਾ ਵਾ, ਸਕਿੰਨ ਖਰਾਬ ਹੁੰਦੀ ਆ, ਇੰਨਾ ਕੁ ਜ਼ਰੂਰ ਆ, ਬਟ ਕੰਮ ਕੋਈ ਵੀ ਕਰ ਲਓ ਕੋਈ ਮਾੜਾ ਨਹੀਂ ਹੁੰਦਾ ਹੈ, ਹਾਂਜੀ। ਨਮਸਕਾਰ, ਪੰਜਾਬ ਨਿਊਜ਼ ਨਾਲ ਜੁੜੇ ਹੋ ਤੁਸੀਂ ਅਤੇ ਮੈਂ ਹਰਦੀਪ ਸ਼ੇਰਪੁਰ ਤੁਹਾਡਾ ਸਵਾਗਤ ਕਰਦਾ, ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਕਿਹਾ ਜਾਂਦਾ ਹੈ ਕਿ ਕੋਈ ਵੀ ਚੀਜ਼ ਆਪਾਂ ਵਾਇਰਲ ਕਰਨੀ ਹੈ ਤਾਂ ਸੋਸ਼ਲ ਮੀਡੀਆ 'ਤੇ ਪਾ ਦਿਉ, ਫਟ ਦੇਣੇ ਵਾਇਰਲ ਹੋ ਜਾਂਦੀ ਹੈਗੀ। ਬੜੇ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਤੋਂ ਉੱਠ ਕੇ ਬੜੇ ਦੂਰ ਤੱਕ ਗਏ ਨੇਗੇ, ਇੱਕ ਅਜਿਹੇ ਸ਼ਖਸ ਰਹੇ ਨੇਗੇ, ਅਜਿਹੀ ਪਹਿਚਾਣ ਰਹੀ ਹੈਗੀ। ਮੈਂ ਜ਼ਿਕਰ ਕਰੂੰਗਾ, ਇੱਕ ਕੁੜੀ ਦਾ ਜ਼ਿਕਰ ਕਰੂੰਗਾ, ਮੈਂ ਚੰਗਾ ਰੁਤਬਾ ਬਣਾਇਆ, ਚੰਗਾ ਪਹਿਚਾਣ ਬਣਾਈ ਹੈਗੀ ਇੱਕ ਸੋਸ਼ਲ ਮੀਡੀਆ ਦੇ ਜ਼ਰੀਏ। ਵੈਸੇ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਮੈਂ ਜੇਕਰ ਗੱਲ ਕਰਾਂ, ਬਹੁਤ ਇੱਕ ਬੜੇ ਤਰੀਕੇ ਹੁੰਦੇ ਹੈਗੇ, ਕਈ ਕਿਸੇ ਤਰੀਕੇ ਨਾਲ ਵਾਇਰਲ ਹੁੰਦੇ ਨੇ, ਕੋਈ ਕਿਸੇ ਤਰੀਕੇ ਨਾਲ ਵਾਇਰਲ ਹੁੰਦੇ, ਪਰ ਜਿਸ ਕੁੜੀ ਨਾਲ ਅੱਜ ਤੁਹਾਡੀ ਮੈਂ ਇੰਟਰੋਡਿਊਸ ਕਰਾਊਂਗਾ, ਜਿਸ ਕੁੜੀ ਨਾਲ ਤੁਹਾਡੀ ਅੱਜ ਮੁਲਾਕਾਤ ਕਰਾਊਂਗਾ, ਇੱਕ ਆਪਣੀ ਵੱਖਰੀ ਪਹਿਚਾਣ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਆਈ ਸੀਗੀ ਅਤੇ ਅੱਜ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈਗੀ। ਬਰਾਊਨ ਕੁੜੀ ਦੇ ਨਾਂ 'ਤੇ ਇੱਕ ID ਸੀਗੀ, ਆਪਾਂ ਸੋਸ਼ਲ ਮੀਡੀਆ 'ਤੇ ਜਦੋਂ ਦੇਖਦੇ ਹਾਂ ਨਾ, ਕੁੜੀ ਵਰਕਸ਼ਾਪ ਦੇ ਵਿੱਚ ਹੀ ਰਹਿੰਦੀ ਸੀਗੀ, ਅਕਸਰ ਲੋਕ ਕਮੈਂਟ ਦੇ ਵਿੱਚ ਵੀ ਕਰਦੇ ਸੀ ਕਿਤੇ ਯਾਰ ਵੀ ਇਹ ਚੀਜ਼ ਸੱਚ ਵੀ ਹੈ, ਕਿਤੇ ਐਂ ਤਾਂ ਨਹੀਂ ਹੈ ਵੀ ਇਕੱਲਾ ਸਟੋਰੀਆਂ ਬਣਾਉਣ ਦੇ ਲਈ ਜਾਂ ਫਿਰ ਰੀਲਸ ਬਣਾਉਣ ਦੇ ਲਈ ਵਰਕਸ਼ਾਪ ਦੇ ਵਿੱਚ ਆਉਂਦੀਆਂ ਜਾਂ ਫਿਰ ਸੱਚਾਈ ਹੈਗੀ ਇਹ, ਅੱਜ ਅਸੀਂ ਤੁਹਾਨੂੰ ਉਹੀ ਸੱਚਾਈ ਦਿਖਾਉਣ ਦੇ ਲਈ ਇਸ ਵਰਕਸ਼ਾਪ ਦੇ ਵਿੱਚ ਪਹੁੰਚਿਆਂਗੇ। ਮੁਲਾਕਾਤ ਵੀ ਤੁਹਾਡੀ ਕਰਾਵਾਂਗੇ ਹਰਪਾਲ ਕੌਰ ਦੇ ਨਾਲ। ਹਰਪਾਲ ਕੌਰ ਜੀ ਜਿਹੜੇ ਹੈਗੇ ਨੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਨੇ, ਕਾਫੀ ਵਾਇਰਲ ਹੁੰਦੇ ਰਹਿੰਦੇ ਨੇਗੇ ਅਤੇ ਲੋਕਾਂ ਦੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ, ਪਰ ਅੱਜ ਅਸੀਂ ਅਸਲ ਸੱਚਾਈ ਉਹਨਾਂ ਦੀ ਪਤਾ ਕਰੀਏ ਕਿ ਵਾਕਈ ਉਹ ਗਰਾਊਂਡ ਦੇ ਨਾਲ ਜੁੜੇ ਹੋਏ ਨੇ ਜਾਂ ਨਹੀਂ। ਅੱਜ ਸਾਡਾ ਹਰਪਾਲ ਕੌਰ ਜੀ ਮੌਜੂਦ ਹੋਣਗੇ, ਆਪਾਂ ਗੱਲਬਾਤ ਕਰਦੇ ਹਾਂਗੇ। ਸਭ ਤੋਂ ਪਹਿਲਾਂ ਨਮਸਕਾਰ ਹਰਪਾਲ ਜੀ, ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼ 'ਤੇ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਤੁਸੀਂ ਜਿਵੇਂ ਮੈਂ ਨਾ ਅਕਸਰ ਮੈਂ ਜਿਵੇਂ ਹੁਣ ਜ਼ਿਕਰ ਕੀਤਾ ਗਾ ਕਿ ਨਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਦੇ ਬਹੁਤ ਤਰੀਕੇ ਹੁੰਦੇ ਨੇਗੇ, ਹੈ ਨਾ ਜੀ। ਕੋਈ ਮਤਲਬ ਰੀਲਸ ਬਣਾਉਂਦੇ ਨੇਗੇ, ਕੋਈ ਕਿਸੇ ਤਰ੍ਹਾਂ ਦਾ ਟੈਲੈਂਟ ਆਪਦਾ ਪੇਸ਼ ਕਰਕੇ ਹੈ ਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਨੇਗੇ। ਤੁਸੀਂ ਆਪਦਾ ਘਰੇਲੂ ਕਿੱਤਾ ਚੁਣਿਆ ਹੈ ਨਾ, ਤੁਸੀਂ ਜਿਵੇਂ ਵਰਕਸ਼ਾਪ ਦੇ ਵਿੱਚ ਲੱਗੇ ਹੋਏ ਹੋਗੇ, ਵਰਕਸ਼ਾਪ ਦੇ ਵਿੱਚ ਕੰਮ ਕਰਦੇ, ਹੁਣ ਵੀ ਮੈਂ ਜਦ ਆਇਆ ਸੀਗਾ ਤੁਸੀਂ ਕੰਮ ਹੀ ਕਰ ਰਹੇ ਸੀਗੇ, ਇਹੀ ਕਿੱਤਾ ਫਿਰ ਕਿਉਂ ਚੁਣਿਆ ਯਾਰ ਮੈਂ ਇਸ ਤਰੀਕੇ ਨਾਲ ਵਾਇਰਲ ਹੋਵਾਂ? ਨਹੀਂ, ਮੈਂ ਇੱਦਾਂ ਵਾਇਰਲ ਹੋਣ ਬਾਰੇ ਤਾਂ ਨਹੀਂ ਸੀ ਸੋਚਿਆ, ਮੇਰੇ ਕੋਲ ਟਾਈਮ ਨਹੀਂ ਸੀ ਹੁੰਦਾ ਰੀਲ ਬਣਾਉਣ ਦੇ ਲਈ, ਕਿਉਂਕਿ ਜ਼ਿਆਦਾ ਟਾਈਮ ਵਰਕਸ਼ਾਪ ਦੇ ਵਿੱਚ ਹੀ ਰਹਿੰਦੇ ਹੁੰਦੇ ਸੀਗੇ। ਸੋ ਮੈਂ ਤਾਂ ਨੋਰਮਲੀ ਆਪਾਂ ਜਿੱਦਾਂ ਨੋਰਮਲੀ ਵੀਡੀਓ ਪਾਉਂਦੇ ਹਾਂ ਵੀ ਚੱਲ ਬਸ ਕੰਮ ਕਰਦੀ ਹਾਂ, ਮੈਂ ਕਿਸੇ ਨੂੰ ਕੈਮਰਾ ਫੜਾਉਂਦਾ, ਫੜੀ ਮਰਜ਼ੀ ਮੇਰੀ ਵੀਡੀਓ ਬਣਾਈ ਕੰਮ ਕਰਦੀ ਦੀ, ਸੋ ਪਾ ਕੇ ਉਦੇ ਪੋਸਟ ਕਰ ਦੇਣੀ। ਮੈਨੂੰ ਨਹੀਂ ਸੀ ਪਤਾ ਵੀ ਵੀਡੀਓਜ਼ ਇੰਨੀਆਂ ਵਾਇਰਲ ਹੋਣਗੀਆਂ ਮੇਰੇ ਕੰਮ ਕਰਨ ਦੀਆਂ। ਹਾਂਜੀ, ਜਿਵੇਂ ਨਾ ਇੱਥੇ ਜਿਵੇਂ ਕਈ ਲੋਕ ਕਮੈਂਟ ਸੈਕਸ਼ਨ 'ਚ ਵੀ ਕਹਿੰਦੇ ਸੀਗੇ ਹੈ ਨਾ ਵੀ ਯਾਰ ਇਹ ਤਾਂ ਵੀ ਜਿਹੜੀ ਕੁੜੀ ਹੈਗੀ ਇਕੱਲੇ ਰੀਲਸ ਬਣਾਉਣ ਦੇ ਲਈ ਵਰਕਸ਼ਾਪ ਜਾਂਦੀ, ਉਹ ਵੈਸੇ ਕਿੱਥੇ ਕੰਮ ਕਰਦਾ? ਕਿਉਂਕਿ ਕੁੜੀਆਂ ਨੂੰ ਬੜਾ ਹਲਕੇ ਦੇ ਵਿੱਚ ਲਿਆ ਜਾਂਦਾ, ਕੁੜੀਆਂ ਨੂੰ ਜਿਵੇਂ ਕਹਿੰਦਾ ਨਾ ਲਾਡ ਪਿਆਰ ਨਾਲ ਰੱਖਿਆ ਜਾਂਦਾ ਹੁੰਦਾ ਹੈਗਾ, ਘਰਾਂ ਦੇ ਵਿੱਚ ਲੋਹੇ ਵਾਲੇ ਕੰਮ ਤੋਂ ਦੂਰ ਰੱਖਿਆ ਜਾਂਦਾ ਹੈਗਾ। ਪਰ ਮੇਰੇ ਖਿਆਲ ਅੱਜ ਲੋਕਾਂ ਦਾ ਉਹ ਵੀ ਮਨ ਚੇਂਜ ਹੋ ਗਿਆ। ਮੈਂ ਨਾ ਇਸ ਤੋਂ ਵਧਾ ਕੇ ਅਗਲਾ ਸਵਾਲ ਮੇਰਾ ਇਹ ਵੀ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਨਾ ਅਕਸਰ ਨਾ ਘਰਾਂ ਦੇ ਵਿੱਚ ਜਦੋਂ ਰਿਸ਼ਤੇਦਾਰ ਆਉਂਦੇ ਨੇਗੇ, ਕਰਦੇ ਆਏ ਕਹਿੰਦੇ ਨੇ ਸਾਡੀ ਕੁੜੀ ਤਾਂ ਲਾਡਾਂ ਪਿਆਰਾਂ ਨਾਲ ਪਾਲੀ ਹੋਈ ਹੈਗੀ, ਤੁਹਾਡੇ ਘਰ ਜੋ ਰਿਸ਼ਤੇਦਾਰਾਂ ਨੂੰ ਤੁਹਾਡੇ ਘਰ ਦੇ ਆਏ ਕਹਿੰਦੇ ਲਾਡਾਂ ਪਿਆਰਾਂ ਨਾਲ ਪਾਲੀ ਕਹਿੰਦੇ ਜਾਂ ਫਿਰ ਕਹਿੰਦੇ ਲੋਹੇ ਨਾਲ ਪਾਲੀ ਹੋਈ ਹੈ, ਕੀ ਕਹਿੰਦੇ ਨੇ? ਪਹਿਲੀ ਗੱਲ ਤਾਂ ਸਾਡੇ ਰਿਸ਼ਤੇਦਾਰ ਆਉਂਦੇ ਹੀ ਨਹੀਂ, ਆਉਂਦੇ ਹੀ ਨਹੀਂ, ਪਤਾ ਨਹੀਂ ਕਾਹਤੇ ਨਹੀਂ ਆਉਂਦੇ। ਤੁਸੀਂ ਸਾਰੇ ਕਹਿੰਦੇ ਵੀ ਤੁਸੀਂ ਕੰਮ ਹੀ ਕਰਦੇ ਰਹਿੰਦੇ ਆ, ਕੰਮ ਹੀ ਸਾਡੇ ਲਈ ਟਾਈਮ ਹੈ ਨਹੀਂ ਗਾ, ਪਰ ਕੰਮ ਪਹਿਲਾਂ ਆ, ਰਿਸ਼ਤੇਦਾਰੀ ਤਾਂ ਬਾਅਦ 'ਚ ਹੀ ਆ। ਤੁਸੀਂ ਫਿਰ ਜਿਵੇਂ ਹੁਣ ਇਹ ਕੰਮ ਕਰਦੇ ਹੋਗੇ ਹੈ ਨਾ ਜੀ, ਕਾਫੀ ਹੈਵੀ ਕੰਮ ਹੁੰਦਾ ਹੈਗਾ ਵੈਸੇ, ਜਿਵੇਂ ਅਕਸਰ ਕਿਹਾ ਜਾਂਦਾ ਹੈ ਕਿ ਕੁੜੀਆਂ ਇਹ ਕਿੱਤੇ ਵੱਲ ਬਹੁਤ ਘੱਟ ਆਉਂਦੀਆਂ ਨੇ, ਹਾਲਾਂਕਿ ਜ਼ੋਰ ਵਾਲਾ ਕੰਮ ਹੁੰਦਾ, ਕੁੜੀਆਂ ਤੇ ਇੰਨਾ ਜ਼ੋਰ ਲੱਗਦਾ ਨੀਗਾ, ਤੁਸੀਂ ਫਿਰ ਵੀ ਇਸ ਕਿੱਤੇ ਨਾਲ ਜੁੜੇ ਹੋਏ ਹੋਗੇ, ਸੁਬਹਾ ਸ਼ਾਮ ਫਿਰ ਇੱਥੇ ਹੀ ਹੁੰਦੇ ਹੋਗੇ ਜਾਂ ਫਿਰ ਪਾਰਟ ਟਾਈਮ ਇਹ ਦੇਖਦੇ ਹੋਗੇ, ਜਾਂ ਫਿਰ ਫਾਦਰ ਸਾਹਿਬ ਦਾ ਇਕੱਲਾ ਯਕੀਨ ਦਵਾਉਣ ਦੇ ਲਈ ਵੀ ਹਾਂ ਪਾਪਾ ਮੈਂ ਕੰਮ ਤੁਹਾਡੇ ਕੰਮ ਦੇ ਵਿੱਚ ਹੱਥ ਵਟਾ ਰਹੀ ਹੈਗੀ ਤਾਂ ਕਰਕੇ ਕਰਦੇ ਹੋ, ਜਾਂ ਫਿਰ ਸੁਬਹਾ ਸ਼ਾਮ ਇੱਥੇ ਹੀ ਹੁੰਦੇ ਹੋ? ਅਸੀਂ ਇਸ ਕੰਮ ਨੂੰ ਜੋਬ ਦੀ ਤਰ੍ਹਾਂ ਲੈਂਦੇ ਹਾਂ, ਇਹ ਨਹੀਂ ਕਹਿੰਦੇ ਵੀ ਇਹ ਸਾਡਾ ਘਰ ਦਾ ਕੰਮ ਆ, ਅਸੀਂ ਤਾਂ ਕਰਦੇ ਪਏ ਹਾਂ, ਜਾਂ ਫਾਦਰ ਸਾਹਿਬ ਦੀ ਹਾਂ ਉਹ ਗੱਲ ਵੱਖਰੀ ਆ, ਹੈਲਪ ਵੀ ਹੁੰਦੀ ਆ, ਬਟ ਅਸੀਂ ਇਹਨੂੰ ਜੋਬ ਦੀ ਤਰ੍ਹਾਂ ਹੀ ਲੈਂਦੇ ਹਾਂ, ਉਹੀ ਜਿਹੜੇ 8-9 ਘੰਟੇ ਬਾਕੀ ਮੁੰਡੇ ਕੰਮ ਕਰਦੇ ਉਹਨਾਂ ਦੇ ਨਾਲ ਹੀ ਉਵੇਂ ਹੀ ਕੰਮ ਕਰੀਦਾ। ਹਾਂਜੀ ਹਾਂਜੀ, ਜਦੋਂ ਤੁਸੀਂ ਕੰਮ ਕਰਦੇ ਹੋਵੋਗੇ ਤਾਂ ਫਿਰ ਦਿੱਕਤਾਂ ਬਹੁਤ ਆਉਂਦੀਆਂ ਹੋਣੀਆਂ, ਕਿਉਂਕਿ ਹੈਵੀ ਚੀਜ਼ ਹੁੰਦੀ ਹੈਗੀ, ਕਈ ਵਾਰ ਨਹੀਂ ਚੱਕੀ ਜਾਂਦੀ ਹੈ ਨਾ ਜੀ? ਤੁਸੀਂ ਤੁਹਾਡੀ ਰੀਲਸ ਦੇਖਦੇ, ਤੁਸੀਂ ਤਾਂ ਇੱਕ ਉਹਦੇ ਆਪਣੇ ਪਹਿਲਵਾਨ ਸਾਹਿਬ ਨੇ ਉਹਨੂੰ ਹੈਰਾਨ ਬਹੁਤ ਕਰ ਦੇਗੇ ਉਹਨਾਂ ਨੂੰ, ਫਿਰ ਉਹਨੇ ਜੀ ਲੱਗਿਆ ਰਹਿੰਦਾ ਹੋਣਾ, ਮਾਹੌਲ ਵਧੀਆ ਬਣਿਆ ਰਹਿੰਦਾ ਹੋਣਾ ਘਰ, ਉਹ ਤਾਂ ਜੇ ਮੈਂ ਕਹੂੰਗੀ ਨਾ ਲੜ ਪੈਂਦੇ ਆ ਮੇਰੇ ਨਾਲ, ਮੈਂ ਕਹੂੰਗੀ ਮੈਂ ਚੱਲੀ ਹਾਂ, ਮੈਂ ਨਹੀਂ 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 ਤੂੰ ਇੱਥੇ ਰਹਿ, ਸਾਡਾ ਦਿਲ ਨਹੀਂ ਲੱਗਣਾ। ਖੱਪ ਪਾਈ ਦੀ ਆ, ਕਾਫੀ ਕੰਮ ਵੀ ਕਰੀਦਾ, ਖੱਪ ਵੀ ਪਾਈ ਦੀ ਆ। ਮੈਨੂੰ ਲੱਗਦਾ ਕਿ ਤੁਸੀਂ ਜ਼ਿਆਦਾ ਸਮੇਂ ਦਾ ਟਾਈਮ ਤਾਂ ਮੇਰੇ ਖਿਆਲ ਵਰਕਸ਼ਾਪ ਹੀ ਰਹਿੰਦੇ ਹੋਵੋਗੇ, ਘਰੇ ਤਾਂ ਘੱਟ ਹੀ ਰੁਕਦੇ ਹੋਵੋਗੇ, ਕਿਉਂਕਿ ਵਰਕਸ਼ਾਪ ਦੇ ਵਿੱਚ ਤੁਹਾਡਾ ਦਿਲ ਲੱਗਿਆ ਰਹਿੰਦਾ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਹੈ ਨਾ, ਖੱਪ ਪਾਉਂਦੇ ਰਹਿੰਦੇ ਹੋਗੇ। ਵਰਕਸ਼ਾਪ ਦੇ ਉੱਪਰ ਹੀ ਸਾਡੀ ਰਿਹਾਇਸ਼ ਆ। ਹਾਂਜੀ, ਤਾਂ ਆਪਾਂ ਸਿਰਫ ਮਤਲਬ ਕੋਈ ਜ਼ਰੂਰੀ ਕੰਮ ਹੋਵੇ ਤਾਂ ਹੀ ਘਰ ਮਤਲਬ ਜਾਈਦਾ, ਨਹੀਂ ਤਾਂ ਨਹੀਂ, ਇੱਥੇ ਹੀ ਹੁੰਦੇ ਆ ਸਾਰਾ ਕੁਛ, ਮੰਮੀ ਡੈਡੀ ਸਾਰੇ ਸਿਸਟਰ ਇੱਥੇ ਹੀ ਘੁੰਮਦੇ ਫਿਰਦੇ ਰਹਿੰਦੇ ਆ ਸਾਰੇ ਜਾਣੇ। ਹਾਂਜੀ ਹਾਂਜੀ, ਮੇਰੇ ਨਾਲ ਜਿਵੇਂ ਅਕਸਰ ਕੀ ਹੁੰਦਾ ਗਾ, ਜਿਹੜੇ ਕੁੜੀਆਂ ਹੁੰਦੇ ਨੇ, ਕੁੜੀਆਂ ਦੇ ਸ਼ੌਂਕ ਬੜੇ ਵੱਲੇ ਜਿਹੇ ਹੁੰਦੇ ਨੇਗੇ, ਕੁੜੀਆਂ ਦੇ ਜਿਵੇਂ ਫੈਸ਼ਨ ਕਰਨਾ ਹੋ ਗਿਆ ਹੈ ਨਾ, ਜਾਂ ਫਿਰ ਕਿਸੇ ਤਰ੍ਹਾਂ ਦਾ ਹੋਰ ਜਿਵੇਂ ਨੇਲ ਪੋਲਿਸ਼ ਹੋ ਗਈ, ਜਾਂ ਫਿਰ ਹੇਅਰ ਸਟਾਈਲ ਇੱਕ ਵਧੀਆ ਵਧੀਆ ਤਰੀਕੇ ਦੇ ਰੱਖਣੇ, ਕੁੜੀਆਂ ਦੇ ਇਹ ਸ਼ੌਂਕ ਹੁੰਦੇ ਨੇ, ਆਹ ਸ਼ੌਂਕ ਕਿਵੇਂ ਪਾਲ ਲਿਆ ਇੱਕ ਕੁੜੀ ਹੋਣ ਦੇ ਨਾਤੇ, ਇਹ ਸ਼ੌਂਕ ਕਿਵੇਂ? ਇਹ ਸ਼ੌਂਕ ਸਾਡੇ ਘਰਦਿਆਂ ਨੇ ਸਾਨੂੰ ਹੈ ਨਾ ਕੀ ਕਹਿ ਦਿੰਦੇ ਹਾਂ ਵਿਰਾਸਤ ਦੇ ਵਿੱਚ ਇੱਕ ਤਰ੍ਹਾਂ ਦਾ ਦੇ ਦਿੱਤਾ, ਬਈ ਨਹੀਂ ਹੋਰ ਵੀ ਤਾਂ ਕੋਈ ਕੰਮ ਕਰਨਾ ਹੀ ਸੀ। ਹੁਣ ਅਸੀਂ ਜੇ ਆਪਾਂ ਕਹਿ ਰਹੇ ਹਾਂ ਬਈ ਬਿਊਟੀ ਪਾਰਲਰ ਦਾ ਕਰ ਲਈਏ ਸਟਿਚਿੰਗ, ਹੁਣ ਸਾਰੇ ਇਸ ਲਾਈਨ 'ਚ ਹੀ ਜਾਈ ਜਾਣਗੇ, ਮੀਨਸ ਕਿੰਨੇ ਕੁ ਆਪਾਂ ਸੂਟ ਪਾ ਲਾਂਗੇ ਜਾਂ ਕਿੰਨਾ ਕੁ ਆਪਾਂ ਮੇਕਅਪ ਕਰ ਲਾਂਗੇ, ਕੁਛ ਹੁਣ ਇੱਧਰਲੀ ਲਾਈਨ ਦੇ ਵਿੱਚ ਵੀ ਤਾਂ ਕਿਸੇ ਨੇ ਆਉਣਾ ਆ। ਹੁਣ ਨੌਜਵਾਨ ਤਾਂ ਸਾਰਾ ਬਾਹਰ ਜਾ ਰਿਹਾ ਵਾ, ਤਾਂ ਇੱਥੇ ਹੁਣ ਲੇਬਰ ਹੈ ਨਹੀਂ ਗੀ, ਮੀਨਸ ਮੁੰਡੇ ਸਾਰੇ ਮੁੰਡੇ ਕੁੜੀਆਂ ਬਾਹਰ ਜਾ ਰਹੇ ਆ, ਲੇਬਰ ਹੈ ਨਹੀਂ, ਲੇਬਰ ਦੀ ਸ਼ੋਰਟੇਜ ਸੀ। ਹੁਣ ਜੇ ਅਸੀਂ ਦੋ ਨਹੀਂ ਹੁੰਦੀਆਂ, ਸਾਡੀ ਜਗ੍ਹਾ ਕੋਈ ਹੋਰ ਮੁੰਡੇ ਹੁੰਦੇ ਤਾਂ ਫਾਦਰ ਸਾਹਿਬ ਹੁਣਾਂ ਨੇ ਉਹਨਾਂ ਨੂੰ ਵੀ ਤਾਂ ਪੈਸੇ ਦੇਣੇ ਸੀ, ਸੋ ਉਨਾ ਕੁ ਕੰਮ ਅਸੀਂ ਖੁਦ ਹੀ ਕਰ ਲਈਦਾ ਆ, ਸੋ ਸਾਨੂੰ ਸੈਲਰੀ ਦਿੰਦੇ ਆ। ਹਾਂਜੀ, ਤੁਹਾਡੇ ਛੋਟੇ ਸਿਸਟਰ ਵੀ ਨੇ, ਤੁਹਾਡਾ ਨਾਂ ਕੀ ਹੈ ਜੀ? ਸਤਵੀਰ ਕੌਰ। ਵੀਰ ਜੀ, ਇੱਕ ਗੱਲ ਸੱਚ ਸੱਚ ਦੱਸਿਓ, ਜਦੋਂ ਤੁਸੀਂ ਦੋਨੇ ਭੈਣਾਂ ਇਕੱਠੀਆਂ ਬੈਠੇ ਹੁੰਦੇ ਹੋਗੇ ਘਰ ਦੇ ਵਿੱਚ, ਰੈ ਮਸ਼ਾ ਤਾਂ ਚੱਲਦਾ ਹੋਊਗਾ ਵੀ ਆਪਾਂ ਹੁਣ ਚਲੋ ਵੀ ਕੰਮ ਸ਼ੁਰੂ ਤਾਂ ਕਰ ਲਿਆ, ਵੀ ਹੁਣ ਇਹ ਤੋਂ ਹੱਡੀਏ ਕਿਵੇਂ, ਜਾਂ ਫਿਰ ਕਦੇ ਦਿਲ ਨਹੀਂ ਕਰਦਾ ਯਾਰ ਵੀ ਆਪਾਂ ਇਹ ਕੰਮ 'ਚੋਂ ਆਪਾਂ ਥੋੜ੍ਹਾ ਟਾਈਮ ਕੱਢ ਕੇ ਆਪਾਂ ਕਿਤੇ ਘੁੰਮ ਫਿਰ ਆਈਏ, ਕਿਉਂਕਿ ਫਾਦਰ ਸਾਹਿਬ ਤਾਂ ਕਹਿੰਦੇ ਹੋਣਗੇ ਵੀ ਸਾਰਾ ਦਿਨ ਇੱਥੇ ਹੀ ਕੰਮ ਕਰੋ, ਕਦੇ ਪਲੈਨਿੰਗ ਤਾਂ ਚੱਲਦੀ ਹੋਊਗੀ ਵੀ ਆਪਾਂ ਕਿਤੇ ਘੁੰਮ ਫਿਰ ਆਉਂਦੇ ਹਾਂ। ਕਹੀਦਾ ਪਲੈਨ ਬਣਾਈਦਾ ਆ ਵੀ ਹਾਂ ਮੈਂ ਜਾਣਾ ਇੱਥੇ, ਜਾਣਾ ਉੱਥੇ ਜਾਣਾ ਆ, ਡੈਡੀ ਨੂੰ ਵੀ ਕਹੀਦਾ ਵੀ ਹੁਣ ਆਪਾਂ ਕੰਮ ਹੀ ਕਰੀਏ ਨਾ, ਕਿਤੇ ਇੱਕ ਦਿਨ ਤਾਂ ਚਾਹੀਦਾ ਵੀ ਆਪਾਂ
ਥੋੜ੍ਹਾ ਜਿਹਾ ਪਹਿਲਾਂ ਪਹਿਲਾਂ ਉਹਨਾਂ ਨੇ ਕੀਤਾ ਜੇ ਹੁਣ ਮੈਂ ਹੀ ਮੈਂ ਨੈਗੇਟਿਵ ਚੀਜ਼ ਲੈ ਕੇ ਚੱਲੂੰਗੀ ਇਸ ਚੀਜ਼ ਨੂੰ ਹੈ ਨਾ ਫਿਰ ਹੀ ਲੋਕ ਨੈਗੇਟਿਵ ਲੈ ਕੇ ਜਾਣਗੇ ਸੋ ਮੈਂ ਹੀ ਪਹਿਲਾਂ ਪੋਜ਼ੀਟਿਵ ਲੈ ਕੇ ਚੱਲੀ ਹੁਣ ਜਿੱਦਾਂ ਹੁਣ ਆਪਾਂ ਗਲੀ ਗੁਆਂਢ ਦੇ ਵਿੱਚ ਇੱਦਾਂ ਜਾ ਰਹੇ ਹਾਂ ਮੀਨਸ ਕਿਸੇ ਲੇਡੀ ਨੇ ਕਹਿਤਾ ਲੈ ਤੂੰ ਕਿਹੜੇ ਕੰਮਾਂ ਪੈ ਗਈ ਪਹਿਲਾਂ ਵਧੀਆ ਸੀ ਤੂੰ ਜੋਬ ਕਰਦੀ ਸੀ ਸਾਫ਼ ਸੁਥਰੀ ਤਾਂ ਰਹਿੰਦੀ ਸੀ ਇੱਦਾਂ ਸੀ ਹੁਣ ਮੈਂ ਉਹਨਾਂ ਨੂੰ ਕਹਿ ਦਿੰਦੀ ਹੁਣ ਸਾਡੀ ਏ ਸੀ ਕੰਮ ਦੇ ਵਿੱਚ ਬਰਕਤ ਆ ਹਾਂਜੀ ਸੋ ਫਿਰ ਹੁਣ ਕਹਿੰਦੇ ਨਹੀਂ ਹੁਣ ਤਾਂ ਕਹਿੰਦੇ ਵਧੀਆ ਚੱਲ ਠੀਕ ਆ ਖੁਸ਼ ਹੋ ਹਾਂਜੀ ਖੁਸ਼ ਦਾ ਨਾਮ ਹੋ ਜਾਂਦਾ ਆ ਤੁਹਾਡੀਆਂ ਮੈਂ ਨਾ ਰੀਲਸ ਦੇਖਦਾ ਉਹਨਾਂ ਲਾਗ ਇੱਕ ਤੁਸੀਂ ਵੀ ਦੋਸਤੋ ਜਿਹੜੇ ਦਰਸ਼ਕ ਵੀਰ ਦੇਖ ਰਹੇ ਨਾ ਇਹਨਾਂ ਦੀਆਂ ਰੀਲਸ ਦੇਖ ਦੋਗੇ ਬਰਾਊਨ ਕੁੜੀ ਦੇ ਨਾਂ 'ਤੇ ਆਈਡੀਆ ਕਿ ਰੀਲਸ ਚੈੱਕ ਕਰਿਓ ਰੀਲਸ ਵਿੱਚ ਨਾ ਇੱਕ ਸ਼ਖਸ ਹੁੰਦਾ ਗਾ ਇੱਕ ਬਾਈ ਹੁੰਦਾ ਗਾ ਵਰਕਸ਼ਾਪ 'ਤੇ ਲੱਗਿਆ ਹੋਇਆ ਉਹਨੂੰ ਹੈਰਾਨ ਬੜਾ ਕਰਦੀ ਹੈ ਇਹ ਕੁੜੀ ਯਾਰ ਤੰਗ ਬੜਾ ਕਰਦੀ ਹੈ ਇਹ ਕੁੜੀ ਉਹ ਬਾਈ ਨਾਲ ਗੱਲਬਾਤ ਕਰਦੇ ਲਓ ਵੀ ਆ ਗਿਆ ਵੀਰੇ ਕੀ ਹਾਲ ਹੈ ਠੀਕ ਹੋ ਮਾਂ ਜੀ ਵਧੀਆ ਜੀ ਕੀ ਨਾਮ ਬਾਈ ਦਾ ਨਰਿੰਦਰਪਾਲ ਕੀ ਕਿਹਾ ਨਰਿੰਦਰਪਾਲ ਜੀ ਇਹ ਤਾਂ ਕੁਝ ਹੋਰ ਹੀ ਕਹੀ ਜਾਂਦੇ ਇਹ ਨਾਮ ਹੋਰ ਰੱਖਿਆ ਜੀ ਨਹੀਂ ਬਾਈ ਫਿਰ ਜਿਵੇਂ ਨਾ ਮੈਂ ਤੁਹਾਡੀਆਂ ਰੀਲਸ ਪਾਉਂਦੇ ਹੁੰਦੇ ਨੇਗੇ ਇਹ ਰੀਲਸ ਵਿੱਚ ਤੁਹਾਨੂੰ ਨਾ ਪਰੇਸ਼ਾਨ ਬੜਾ ਕਰਦੇ ਯਾਰ ਕੰਮ ਕਰਦਿਆਂ ਨੂੰ ਹਨਾ ਕਦੇ ਕੁਛ ਕਰਦਾ ਕਦੇ ਕੁਝ ਪੰਗਾ ਲੈ ਲਿਆ ਫਿਰ ਅੱਕ ਤੇ ਨਹੀਂ ਕਦੇ ਨਹੀਂ ਜੀ ਨਹੀਂ ਸਾਰੇ ਮੈਨੂੰ ਮੈਸੇਜ ਫੈਮਿਲੀ ਪਿਆਰੇ ਇਦਾਂ ਜੀ ਆਪਣੀ ਫੈਮਿਲੀ ਨਾਲ ਪਿਆਰ ਤਾਂ ਫਿਰ ਵੀ ਕੀ ਹੁੰਦਾ ਨਾ ਜਿਵੇਂ ਅਕਸਰ ਕੀ ਹੁੰਦਾ ਯਾਰ ਵੀ ਜਿਵੇਂ ਮਤਲਬ ਫੋਰ ਐਗਜ਼ਾਮਪਲ ਮਤਲਬ ਮੈਂ ਕੰਮ ਕਰ ਰਿਹਾ ਮੈਨੂੰ ਜੇ ਕੋਈ ਕੰਮ ਕਰਦੇ ਨੂੰ ਬੁਲਾਉਣ ਲੱਗਦਾ ਮੈਂ ਕਈ ਵਾਰ ਬੰਦਾ ਇਰੀਟੇਟ ਹੋ ਜਾਂਦਾ ਹੁੰਦਾ ਗਾ ਹਨਾ ਜਾਂ ਫਿਰ ਅਸੀਂ ਕਹਿ ਦਿੰਦੇ ਯਾਰ ਵੀ ਹਜੇ ਨਾ ਮੈਨੂੰ ਪੰਗਾ ਮੇਰੇ ਨਾਲ ਉਹ ਪੰਗੇ ਲੈ ਮੈਂ ਕੰਮ ਕਰ ਲਾਂ ਫਿਰ ਕਰਦਾ ਇਹ ਜੇ ਫਿਰ ਕਹਿ ਵੀ ਦਿੰਦੇ ਮੰਨ ਲੈਂਦੇ ਇਹ ਮੈਨੂੰ ਤਾਂ ਨਹੀਂ ਲੱਗਦਾ ਇਹ ਮੰਨਦੇ ਹੋਣਗੇ ਨਹੀਂ ਜੀ ਨਹੀਂ ਜਿੱਦੀ ਨੇ ਬੁਰੇ ਆਪੇ ਸਰੀ ਆਪੇ ਨਸਲਾਂ ਬੰਦਾ ਨਾ ਮਗਰ ਸਰੀ ਥੋੜਾ ਲੈ ਕੇ ਇੱਟ ਲੈ ਕੇ ਮਗਰ ਹੀ ਹੁੰਦਾ ਵਾ ਕੋਈ ਨਹੀਂ ਕੰਮ ਕਰਦੇ ਨੂੰ ਛੇੜੀ ਜਾਣਾ ਦਿਲ ਲੱਗਾ ਰਹਿੰਦਾ ਬਸ ਹਾਂਜੀ 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 21 ਸਾਲ ਹੋ ਗਏ ਜੀ ਉੱਥੇ ਕੰਮ ਕਰਦੇ ਨੂੰ ਐਤਵਾਰ ਦੀ ਵੀ ਨਹੀਂ ਛੁੱਟੀ ਕਰਦਾ ਐਤਵਾਰ ਨੂੰ ਵੀ ਆ ਜਾਂਦਾ ਆ ਕਹਿੰਦਾ ਮੇਰਾ ਘਰ ਦਿਲ ਨਹੀਂ ਲੱਗਦਾ ਮਤਲਬ ਪੂਰਾ ਬਈ ਪਰਿਵਾਰਕ ਮਾਹੌਲ ਹੀ ਬਣ ਗਿਆ ਪਰਿਵਾਰਕ ਮਾਹੌਲ ਆ ਪੂਰਾ ਜੀ ਬਾਈ ਹੁਣ ਫਿਰ ਖੁਸ਼ੀ ਹੁੰਦੀ ਹੈਗੀ ਜਿਵੇਂ ਵੀ ਜਿਹੜੇ ਕੁੜੀਆਂ ਤੁਹਾਡੇ ਨਾਲ ਕੰਮ ਕਰ ਰਹੀਆਂ ਨੇਗੀਆਂ ਜਿਹਨਾਂ 'ਚ ਜਿਹੜੇ ਇੱਕ ਪਰਿਵਾਰ ਤੁਹਾਡੇ ਨਾਲ ਕੰਮ ਕਰ ਰਿਹਾ ਹੈਗਾ ਇੰਟਰਵਿਊ ਹੋ ਰਹੀਆਂ ਨੇਗੀਆਂ ਲੋਕ ਜਾਣਨ ਲੱਗ ਰਹੇ ਨੇ ਪਹਿਚਾਣ ਚੰਗੀ ਬਣ ਰਹੀ ਹੈ ਖੁਸ਼ੀ ਹੁੰਦੀ ਹੈ ਹਾਂਜੀ ਬਹੁਤ ਜੀ ਮੇਰੇ ਖਿਆਲ ਨਾਲ ਬਾਈ ਇਹਨਾਂ ਤੋਂ ਜ਼ਿਆਦਾ ਤੁਹਾਡੀ ਜ਼ਿਆਦਾ ਪਹਿਚਾਣ ਬਣ ਗਈ ਕਿਉਂਕਿ ਇਹਨਾਂ ਤੋਂ ਜ਼ਿਆਦਾਤਰ ਸਟੋਰੀ ਤੁਸੀਂ ਦੇਖਦੇ ਹੁੰਦੇ ਹੋ ਬਣਦੀ ਇਹਦੇ ਨਾਲ ਲੋਕ ਪਸੰਦ ਹੀ ਇਹਦੇ ਨਾਲ ਕਰਦੇ ਆ ਹਾਂਜੀ ਹਾਂਜੀ ਕਿਉਂਕਿ ਉਹ ਆਪਾਂ ਥੋੜ੍ਹਾ ਕਾਮੇਡੀ ਵੀ ਹੋ ਜਾਂਦਾ ਥੋੜ੍ਹਾ ਕੰਮ ਵੀ ਕਰ ਲਈਦਾ ਸੀਰੀਅਸ ਟਾਈਪ ਜੇ ਮੈਂ ਕਿਤੇ ਪਾ ਵੀ ਦਵਾਂ ਨਹੀਂ ਨਹੀਂ ਪਸੰਦ ਨਹੀਂ ਮੇਰੇ ਖਿਆਲ ਦਰਸ਼ਕ ਵੀ ਫਿਰ ਨਾ ਕਮੈਂਟ ਕਰਨ ਲੱਗ ਜਾਂਦੇ ਹੋਣਗੇ ਵੀ ਯਾਰ ਤੁਸੀਂ ਵੀ ਬਰਾਊਨ ਬਰਾਊਨ ਵੀ ਤੁਹਾਡਾ ਨਾਂ ਲੈ ਕੇ ਵੀ ਤੁਸੀਂ ਉਹਨਾਂ ਨਾਂ ਪਾਓ ਜੀ ਜਿਹੜਾ ਤੁਸੀਂ ਮੋਟਾ ਕਹਿੰਦੇ ਹੋ ਬਾਈ ਨੂੰ ਬਾਈ ਸੋਰੀ ਯਾਰ ਮੈਂ ਮੋਟਾ ਕਹਿੰਦਾ ਉਹ ਇੱਦਾਂ ਕਹਿੰਦੇ ਆ ਵੀ ਤੁਸੀਂ ਇਹ ਭਜਾ ਦੇਣਾ ਹੈ ਇਹਨੂੰ ਇਹਨੇ ਹਟ ਜਾਣਾ ਇਹ ਅੱਗੇ ਕਰੂਗਾ ਮੈਂ ਤਾਂ ਪੰਜ ਸੱਤ ਪਹਿਲਾਂ ਹੀ ਇੱਥੋਂ ਭਜਾਤੇ ਮੈਂ ਨਹੀਂ ਭੱਜਦਾ ਮਤਲਬ ਬਾਈ ਫਿਰ ਪੂਰਾ ਸਟੈਂਡ ਉਹਨੇ ਬਣਾਇਆ ਹੋਇਆ ਹਨਾ ਦਬਦਬਾ ਪੂਰਾ ਬਣਾਇਆ ਹੋਇਆ ਫਿਰ ਹਾਂ ਨਹੀਂ ਦਬਦਬਾ ਨਹੀਂ ਉਹ ਪਿਆਰੀ ਇਹਨਾਂ ਜੀ ਹੀ ਦਬਦਬਾ ਨਹੀਂ ਕਹਿ ਸਕਦੇ ਜੀ ਸਾਡੇ ਨਾਲ ਫਾਦਰ ਸਾਹਿਬ ਵੀ ਮੌਜੂਦ ਨੇਗੇ ਹਰਪਾਲ ਕੌਰ ਜੀ ਦਾ ਆਪਾਂ ਵੀ ਗੱਲਬਾਤ ਕਰਦੇ ਹਾਂ ਨਮਸਕਾਰ ਜੀ ਠੀਕ ਹੋ ਜੀ ਸਤਿਕਾਰ ਜੀ ਸਤਿ ਪਹਿਲਾਂ ਤਾਂ ਮੇਰਾ ਸਵਾਲ ਇਹੀ ਹੋਊਗਾ ਜੀ ਜਿਵੇਂ ਨਾ ਅਕਸਰ ਕੀ ਹੁੰਦਾ ਗਾ ਪਰਿਵਾਰ ਦੇ ਵਿੱਚ ਜਦੋਂ ਕੁੜੀਆਂ ਹੁੰਦੀਆਂ ਨੇ ਕੁੜੀਆਂ ਨੂੰ ਬੜਾ ਲਾਡਾ ਪਿਆਰਾ ਨਾਲ ਰੱਖਿਆ ਜਾਂਦਾ ਹੁੰਦਾ ਗਾ ਹੈ ਨਾ ਕਦੇ ਕੁੜੀਆਂ ਨੂੰ ਪਿਆਰ ਨਾਲ ਰੱਖਿਆ ਜਾਂਦਾ ਗਾ ਕੰਮ ਤੋਂ ਦੂਰ ਰੱਖਿਆ ਜਾਂਦਾ ਵੀ ਪੁੱਤ ਤੂੰ ਆਹ ਕੰਮ ਨਹੀਂ ਕਰਨਾ ਤੂੰ ਇਕੱਲਾ ਰੋਟੀ ਚੁੱਕੀ ਦੇਖ ਲੈ ਤੁਹਾਡੇ ਕੁੜੀਆਂ ਤੁਹਾਡੇ ਨਾਲ ਕੰਮ ਦੇ ਵਿੱਚ ਹੱਥ ਵਟਾਉਂਦੇ ਨੇਗੀਆਂ ਪੁੱਤ ਪੁੱਤ ਬਣ ਕੇ ਕੰਮ ਕਰਦੇ ਤੁਹਾਡੇ ਨਾਲ ਪਹਿਲਾਂ ਤਾਂ ਖੁਸ਼ੀ ਕਿੰਨੀ ਕੁ ਮਹਿਸੂਸ ਹੁੰਦੀ ਆ ਮਾਣ ਕਿੰਨਾ ਕੁ ਮਹਿਸੂਸ ਹੁੰਦਾ ਮਾਣ ਤਾਂ ਹੁਣ ਤਾਂ ਹੈਗਾ ਹੀ ਆ ਲੇਕਿਨ ਪਹਿਲਾਂ ਤਾਂ ਮਜਬੂਰੀ ਦੇ ਹਿਸਾਬ ਨਾਲ ਬੱਚਿਆਂ ਨੂੰ ਬੰਦਾ ਨਾਲ ਲਾਉਂਦਾ ਹੈਲਪ ਲਈ ਅਤੇ ਫਿਰ ਹੌਲੀ ਹੌਲੀ ਹੁਣ ਇਹ ਤਾਂ ਲੈਣ ਦੇ ਵਿੱਚ ਹੀ ਪੈ ਗਈਆਂ ਹੁਣ ਤਾਂ ਪੂਰਾ ਕੰਮ ਕੁੰਮ ਨਾਲ ਮਦਦ ਕਰਵਾਉਂਦੀਆਂ ਹਾਂਜੀ 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 ਤੁਸੀਂ ਤੁਹਾਡੇ ਨਾਲ ਜਿਵੇਂ ਹੁਣ ਨਾਲ ਹੋਰ ਵੀ ਮੁੰਡੇ ਇੱਥੇ ਕੰਮ ਕਰ ਰਹੇ ਨੇਗੇ ਨਾਲ ਹੋਰ ਵੀ ਤੁਹਾਡੀ ਟੀਮ ਮੈਂਬਰ ਹੋਣਗੇ ਹੈ ਨਾ ਜਾਂ ਫਿਰ ਕਈ ਵਾਰ ਪਿੰਡ ਦੇ ਕੋਈ ਤੁਸੀਂ ਪਿੰਡੂ ਇਲਾਕੇ ਤੋਂ ਪਿੰਡੂ ਇਲਾਕੇ ਥੋੜ੍ਹਾ ਬਿਲੋਂਗ ਕਰਦੇ ਹੋ ਕਿ ਪਿੰਡ ਦੇ ਲੋਕਾਂ 'ਚ ਸੋਚ ਥੋੜ੍ਹੀ ਹੋਰ ਹੁੰਦੀ ਹੈਗੀ ਕੁਝ ਲੋਕ ਇਹ ਕਹਿੰਦੇ ਵੀ ਹੋਣਗੇ ਯਾਰ ਵੀ ਤੂੰ ਵੀ ਭਲਵਾਨ ਸਿਆ ਇਹ ਚੀਜ਼ ਯਾਰ ਤੈਨੂੰ ਵੀ ਕੁੜੀਆਂ ਦਾ ਸਹੀ ਜਾਂ ਨਹੀਂ ਹੈਗਾ ਇਹ ਕੰਮ ਵੱਲ ਲਾਉਣਾ ਕੁੜੀਆਂ ਨੂੰ ਤਾਂ ਹੋਰ ਹੀ ਕੰਮ ਦੇਖ ਲਾ ਕੋਈ ਹੋਰ ਹੀ ਕੰਮ ਚੈੱਕ ਕਰ ਲਓ ਇਹ ਵੀ ਕਹਿੰਦੇ ਹੋਣਗੇ ਨਹੀਂ ਅਸੀਂ ਬਾਹਰ ਅਸੀਂ ਵੀ ਦੇਸਾਂ ਪ੍ਰਦੇਸ਼ਾਂ 'ਚ ਫਿਰੇ ਹੋਏ ਹਾਂ ਅਸੀਂ ਸਾਡੀ ਸੋਚ ਇਹ ਵੀ ਜੇ ਲੜਕੀਆਂ ਨੂੰ ਟੈਕਨੀਕਲ ਕੰਮ ਸਿਖਾ ਲਿਆ ਜਾਵੇ ਤਾਂ ਵਧੀਆ ਗੱਲ ਹੈ ਗਾਂ ਹੋਰ ਦੋ ਚਾਰ ਨੂੰ ਸਿਖਾ ਲੈਣਗੇ ਹੁਣ ਦੇਖ ਲਓ ਜੇ ਹਿਸਾਬ ਨਾਲ ਹਾਲਾਤ ਆ ਲੋਕ ਨਿਆਣੇ ਤਾਂ ਬਾਹਰ ਨੂੰ ਜਾਈ ਜਾਂਦੇ ਆ ਕਿੱਥੋਂ ਆਪਾਂ ਦੇਸ਼ ਨੂੰ ਆਪਣੇ ਚਲਾਉਣ ਨੂੰ ਕਿੱਥੋਂ ਬੱਚੇ ਲਿਆਵਾਂਗੇ ਕੀ ਕਰਾਂਗੇ ਜੇ ਅਸੀਂ ਆਪਣਿਆਂ ਨੂੰ ਲਾਉਂਦੇ ਹਾਂ ਤਾਂ ਸਾਡੇ ਤਾਂ ਚਲੋ ਇੱਕ ਕਿਸਮ ਦੀ ਮਜਬੂਰੀ ਆ ਕਿ ਸਾਡੇ ਤਾਂ ਹੈ ਹੀ ਨਹੀਂ ਸੀ ਲੜਕਾ ਹੀ ਹੈ ਨਹੀਂ ਅਸੀਂ ਤਾਂ ਚਲੋ ਆਪਣੀ ਹੈਲਪ ਕੁੜੀਆਂ ਤੋਂ ਮੰਗਣੀਆਂ ਨਾ ਇਸ ਕਰਕੇ ਸਾਡੇ ਬੱਚੇ ਪਹਿਲਾਂ ਤੋਂ ਬਾਹਰਲਾ ਕੰਮ ਕਰਦੇ ਸੀ ਹੁਣ ਇਹ ਸਾਰੀ ਪਰਚੇਜਿੰਗ ਇਹੀ ਖਰੀਦਦੇ ਆ ਸਮਾਨ ਇਹੀ ਲਿਆਉਂਦੀਆਂ ਮੈਂ ਤਾਂ ਇੱਥੇ ਵਰਕਸ਼ਾਪ 'ਚ ਨਾਲ ਬਣਾਉਂਦੇ ਹਾਂ ਅਤੇ ਹੁਣ ਜਿਹੜਾ ਫਿਰ ਵਿੱਚ ਪੂਰਾ ਜ਼ਿਆਦਾ ਵਿਚਰਨ ਲੱਗ ਪਏ ਨਿਆਣੇ ਸਾਡੇ ਕੰਮ ਕਰਨ ਲੱਗ ਪਏ ਉਹਦੇ ਨਾਲ ਮੈਨੂੰ ਮਾਣ ਤਾਂ ਮਹਿਸੂਸ ਹੁੰਦਾ ਵੀ ਜਿਹੜੀ ਜੇ ਪੁੱਤ ਦੀ ਕਮੀ ਕਦੇ ਮਹਿਸੂਸ ਨਹੀਂ ਹੋਣ ਦਿੱਤੀ ਪੁੱਤਾਂ ਵਾਂਗੂ ਵੱਧ ਚੜ੍ਹ ਕੇ ਕੰਮ ਕਰਦੇ ਨੇ ਤੁਹਾਨੂੰ ਤਾਂ ਇਹ ਕਹਿੰਦੇ ਹੋਣਗੇ ਵੀ ਆਪਾਂ ਤੁਸੀਂ ਸਾਈਡ 'ਤੇ
ਨਾਲ ਇਹਨਾਂ ਦੇ ਆਪ ਬਰਾਬਰ ਖੜਦੇ ਹਾਂ ਵੀ ਸੱਟ ਨਾ ਲੱਗੇ, ਜਿਹੜੀ ਕੋਈ ਟੈਕਨੀਕਲ ਗੱਲ ਇਹਨਾਂ ਨੂੰ ਦੱਸੀ ਦੀ ਹੈ। ਇੱਦਾਂ ਨਹੀਂ ਹੈਗਾ ਵੀ ਇਹਨਾਂ ਤੋਂ ਕੰਮ ਲੈਣ ਲਈ ਇਹਨਾਂ ਨੂੰ ਮੈਂ ਸਿਖਾ ਲਿਆ, ਮੈਂ ਤਾਂ ਆਪ 12-14 ਘੰਟੇ ਕੰਮ ਕਰਦਾ ਇਹਨਾਂ ਨਾਲ ਹੀ ਰਹੀਦਾ, ਇਹਨਾਂ ਦੇ 60-62 ਸਾਲ ਦੀ ਉਮਰ ਹੈ। ਇੱਦਾਂ ਨਹੀਂ ਵੀ ਇਹਨਾਂ ਨੂੰ ਸਿਖਾ ਲਿਆ, ਇਹ ਤਾਂ ਵੀ ਸਾਡੀ ਕਿਤੇ ਇੱਕ ਜਾਣਾ ਹੋਵੇ ਕਿਸੇ ਦਾ ਕੋਈ ਵਰਕਰ ਇੱਧਰ ਉੱਧਰ ਹੋ ਜਾਵੇ ਤਾਂ ਅਗਲਾ ਇਹ ਕੰਮ ਕਰ ਦਿੰਦੀਆਂ ਉਹਨਾਂ ਦਾ, ਬਸ ਇੰਨਾ ਹੀ ਹੈ। ਹਾਂਜੀ ਹਾਂ, ਇਹ ਸਹਾਰਾ ਹੋ ਜਾਂਦਾ। ਵਰਕਰ ਨੇ ਕਈ ਵਾਰੀ ਟਾਈਮ ਨਾਲ ਘਰ ਚਲ ਜਾਣਾ ਅਤੇ ਰਾਤ ਨੂੰ ਕਈ ਵੀ ਦਰਵਾਜ਼ਾ ਅੱਧੀ ਰਾਤ ਨੂੰ ਕੋਈ ਰਿਪੇਅਰ ਵਾਲਾ ਖੜਕਾਵੇ, ਅਤੇ ਹੁਣ ਅਸੀਂ 60-62 ਸਾਲ ਦਾ ਬੰਦਾ ਥੋੜ੍ਹੀਆਂ ਅੱਖਾਂ ਨੂੰ ਬਚਾਊਗਾ ਵੀ ਚੱਲ ਨਿਗਾਹ ਦੇਖਣ ਯੋਗੀ ਤਾਂ ਰਹਿ ਜੇ, ਇਹਨਾਂ ਨੂੰ ਇੰਨਾ ਕਹਿ ਦੇ ਚੱਲ ਕਿਸੇ ਦਾ ਟਾਂਕਾ ਲਾਉਣ ਜਗ੍ਹਾ ਸਿੱਖ ਲਓ, ਉਹਦੇ ਵਿੱਚ ਫਿਰ ਤਕਰੀਬਨ ਇਹਨਾਂ ਦਾ ਇੰਟਰਸਟ ਹੀ ਹੋ ਗਿਆ ਇਹਨਾਂ ਨੂੰ। ਨਾਲ ਖਰਚੇ ਵਰਚੇ ਦਿੰਦੇ ਜਿੱਦਾਂ ਆਮ ਵਰਕਰ ਨੂੰ ਦਿੰਦੇ ਹਾਂ ਪੂਰੇ ਪੂਰੀ ਤਨਖਾਹ ਦਿੰਦੇ। ਉਹ ਨਾ ਦੀਦੀ ਹੁਣੀਆਂ ਰਾਇ ਕਰ ਰਹੀਆਂ ਸੀ, ਕਹਿੰਦੇ ਵੀ ਨਾ ਛੋਟੀ ਦੀਦੀ ਨੇ ਘੁੰਮਣ ਜਾਣਾ ਹੈਗਾ ਕਿਤੇ, ਉਹ ਜੇ ਰਾਇ ਚੱਲਦੀ ਵੀ ਪਾਪਾ ਨੂੰ ਕਿਵੇਂ ਪੁੱਛੀਏ, ਰੋਕ ਟੋਕ ਤਾਂ ਨਹੀਂ ਹੈਗੀ ਕੋਈ? ਨਹੀਂ ਰੋਕ ਟੋਕ ਤਾਂ ਨਹੀਂ, ਰੋਕਣਾ ਸੀ ਇਹਨਾਂ ਨੂੰ ਕਾਹਦੇ ਲਈ ਹੈ, ਜੇ ਰੋਕਾਂਗੇ ਨਿਆਣਿਆਂ ਨੂੰ ਤਾਂ ਰੋਕ, ਸਾਡੇ ਰੋਕਣ ਦਾ ਤਾਂ ਕੋਈ ਰੋਲ ਹੀ ਨਹੀਂ ਹੈਗਾ। ਹਾਂ ਹੁਣ ਛੁੱਟੀਆਂ ਇਹਨੂੰ ਪੜ੍ਹਦੀ ਆ, ਹੁਣ ਵਿੱਚ ਕੰਮ ਕਰਦੀ ਆ, ਅਤੇ ਆਪਣਾ ਜੋ ਵੀ ਸਮਾਨ ਲੈਂਦੀ ਆ ਸਾਤੋਂ ਪੈਸੇ ਲੈ ਉੱਦਾਂ ਵੀ ਇਹਨਾਂ ਨੂੰ ਦੇਣੇ ਆ, ਸਾਵੇਂ ਕੰਮ ਕਰਕੇ ਸਾਨੂੰ ਉਹਦੇ ਡਬਲ ਫਾਇਦਾ। ਖੁੱਲ੍ਹੀ ਛੁੱਟੀਆਂ ਕੀ ਜਿਹੜੇ ਜਾਣਾ ਜਾਣਾ ਹੋਏ ਜਾ ਸਕਦੇ ਨੇ? ਨਾ ਨਾ ਇੱਦਾਂ ਕੋਈ ਨਹੀਂ। ਹਾਂ ਉੱਦਾਂ ਕਹੀਦਾ, ਆ ਜਿਹੜੇ ਹੁਣ ਤੁਸੀਂ ਸਾਨੂੰ ਜ਼ਿਆਦਾ ਮਸ਼ਹੂਰ ਕਰੀ ਜਾਂਦੇ ਹਾਂ, ਤੁਹਾਡੇ ਕਰਕੇ ਰੁਕਣਾ ਪੈ ਰਿਹਾ ਹੁਣ, ਵੀ ਕੋਈ ਆਉਂਦਾ ਇਹ, ਚਲੋ ਸਾਰਿਆਂ ਦਾ ਰੁਜ਼ਗਾਰ ਆ, ਸਾਡਾ ਵੀ ਰੁਜ਼ਗਾਰ ਆ, ਆਇਆਂ ਨੂੰ ਸਿਰ ਮੱਥੇ ਤੁਸੀਂ ਆਏ ਸਾਡਾ, ਮਤਲਬ ਮੇਰੇ ਕੋਲ 2-4 ਚੈਨਲ ਅਨੁਸਾਰ ਇਹੀ ਵਾਰ ਵਾਰ ਇੱਕੋ ਹੀ ਗੱਲ ਰਿਪੀਟ ਕਰ ਰਹੇ ਸੀ ਵੀ ਚਲੋ ਜਿੱਦਾਂ ਵੀ ਸਾਰਿਆਂ ਦਾ ਲੰਗਰ ਪਾਣੀ ਚੱਲੀ ਜਾਵੇ ਤੁਹਾਡਾ ਵੀ ਤਾਂ ਸਾਡਾ ਵੀ। ਹਾਂਜੀ ਬਹੁਤ ਬਹੁਤ ਧੰਨਵਾਦ ਜੀ। ਸੋ ਗੱਲਬਾਤ ਹੋ ਗਈ ਉਹਨਾਂ ਨਾਲ, ਉਹ ਤਾਂ ਕਹਿੰਦੇ ਜਾ ਸਕਦੇ ਨੇ, ਕੋਈ ਰੋਕ ਟੋਕ ਨਹੀਂ, ਤੁਸੀਂ ਕਹਿੰਦੇ ਰੋਕ ਟੋਕ ਹੈਗੀ? ਨਹੀਂ ਰੋਕ ਟੋਕ ਤਾਂ ਨਹੀਂ ਹੈਗੀ, ਪਰਮਿਸ਼ਨ ਤਾਂ ਲੈਣੀ ਪੈਂਦੀ ਆ। ਔਖਾ ਤਾਂ ਲੱਗਦਾ ਹੋਊਗਾ ਹੈ ਨਾ, ਵੀ ਹੁਣ ਯਾਰ ਵੀ ਕੰਮ ਵੀ ਪਿਆ ਗਿਆ, ਮੂਹਰੇ ਕੰਮ ਵੀ ਕਰਨ ਵਾਲਾ ਗਾ, ਨਵੇਂ ਆਰਡਰ ਵੀ ਆਏ ਪੈ ਨੇਗੇ, ਹੁਣ ਕਿਵੇਂ ਕੰਮ ਛੱਡ ਕੇ ਜਾਈਏ? ਔਖਾ ਤਾਂ ਲੱਗਦਾ ਹੋਣਾ ਹੀ। ਔਖਾ ਤਾਂ ਲੱਗਦਾ, ਕੰਮ ਵੀ ਤਿਆਰ ਵੀ ਕਰਨਾ ਸਮਾਨ, ਦਿਹਾੜੀ ਟੁੱਟਣ ਦਾ ਵੀ ਡਰ ਰਹਿੰਦਾ ਆ, ਫਿਰ ਛੁੱਟੀ ਹੋ ਜਾਣੀ ਆ, 300-400 ਰੁਪਇਆ ਮਰ ਜਾਣਾ ਸਾਡਾ, ਉੱਤੋਂ ਦੀ 2000 ਖਰਚ ਕੇ ਆਵਾਂਗੇ। ਇਹ ਨਾ ਫਿਰ ਇਹ ਤਾਂ ਇੱਕ ਬਿਜ਼ਨਸਮੈਨ ਵਾਲੀ ਥਿੰਕਿੰਗ ਹੈਗੀ ਹੈ ਨਾ ਤੁਹਾਡੀ, ਚਲੋ ਚੰਗੀ ਗੱਲ ਹੈ, ਸੋਚ ਬਣਨੀ ਚਾਹੀਦੀ, ਸਾਰਿਆਂ ਦੀ ਸੋਚ ਇਹ ਹੋਣੀ ਚਾਹੀਦੀ ਹੈਗੀ। ਤੁਸੀਂ ਫਿਰ ਸਟੱਡੀ ਕਰਦੇ ਹੋ? ਹਾਂਜੀ ਮੈਂ ਸਟੱਡੀ ਕਰਦੀ ਹਾਂ, ਗ੍ਰੈਜੂਏਸ਼ਨ ਫਾਈਨਲ ਈਅਰ 'ਚ। ਹਾਂਜੀ ਜੋ ਤੁਸੀਂ ਹੁਣ ਕਾਲਜ ਦੇ ਵਿੱਚ ਜਾਂਦੇ ਹੋਵੋਗੇ ਹੈ ਨਾ, ਕਾਲਜ ਤੁਹਾਡੀਆਂ ਫਰੈਂਡ ਸਰਕਲ 'ਚ ਕੁੜੀਆਂ ਹੋਣਗੀਆਂ ਜਾਂ ਫਿਰ ਤੁਹਾਡੇ ਟੀਚਰ ਹੋਣਗੇ, ਉੱਥੇ ਜੇ ਕੋਈ ਮਾੜੀ ਮੋਟੀ ਟਾਕੀ ਟੁਕੀ ਖਰਾਬ ਹੁੰਦੀ ਹੋਊਗੀ ਤੁਹਾਨੂੰ ਕਹਿੰਦੇ ਜਾਂ ਫਿਰ ਬਾਹਰੋਂ ਬੁਲਾਉਂਦੇ ਹੈਗੇ? ਨਹੀਂ ਅਜੇ ਕਿਸੇ ਨੂੰ ਇੰਨਾ ਪਤਾ ਤਾਂ ਨਹੀਂ ਹੈਗਾ, ਪਰ ਮੈਂ ਦੇਖ ਰਹੀ ਹੁੰਦੀ ਹਾਂ ਵੀ ਕਾਲਜ 'ਚ ਇੱਦਾਂ ਵੈਲਡਿੰਗ ਕੀਤੀ, ਮੈਂ ਦਾਦੀ ਹੁੰਦੀ, ਮੈਂ ਕਿਹਾ ਆਹ ਕੀ ਕੀਤਾ, ਕਿੱਦਾਂ ਗੰਦ ਪਾਇਆ ਹੋਇਆ, ਚੱਜ ਨਾਲ ਲੇਅਰ ਵੀ ਨਹੀਂ ਲੱਗੀ ਹੈਗੀ, ਫਿਰ ਨਾਲ ਦੇ ਕਹਿੰਦੇ ਉਹਨਾਂ ਨੇ ਤੇਤੋਂ ਨਹੀਂ ਕਰਾਈ ਹੈਗੀ ਹੈ ਨਾ ਤਾਂ ਕਰਕੇ। ਗਲਤੀਆਂ ਕੱਢਦੇ ਨੇ ਜੇ ਉੱਥੇ ਕੰਮ ਕਰਿਆ? ਹਾਂਜੀ ਗਲਤੀਆਂ ਤਾਂ ਕੱਢਦੀ ਦੀਆਂ ਆ, ਮਤਲਬ ਪਹਿਚਾਣ ਤਾਂ ਲੈਂਦੇ ਹੋਣਗੇ ਵੀ ਯਾਰ ਵੀ ਇਹ ਕੁੜੀ ਪੱਕਾ ਕੰਮ ਕਰਦੀ ਰਹੀ ਹੋਗੀ, ਆਈਡੀਆ ਤਾਂ ਲਾ ਲੈਂਦੇ ਹੋਣ, ਜਿਹਨਾਂ ਨੂੰ ਪਤਾ ਆ ਵੀ ਹਾਂ ਮੈਂ ਕੰਮ ਕਰਦੀ ਹਾਂ ਉਹ ਤਾਂ ਕਹਿ ਦਿੰਦੇ ਆ ਵੀ ਵਧੀਆ। ਹਾਂਜੀ ਮਤਲਬ ਫਿਰ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਫਿਰ ਦੱਸ ਦਿਓਗੇ ਵੀ ਮੈਂ ਉਹੀ ਹੈਗੀ, ਤਾਂ ਜਦ ਜਿਹੜੀ ਬਰਾਊਨ ਕੁੜੀ ਨਾਂ ਦੀ ਆਈਡੀ ਹੈ ਹੁਣ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ, ਹੁਣ ਪਤਾ ਲੱਗ ਗਿਆ, ਪੂਰੇ ਫੇਮਸ ਹੋ ਗਿਆ ਨਾ, ਤੁਸੀਂ ਕਰ ਦਿੱਤਾ ਸਾਨੂੰ ਫੇਮਸ ਕਰਨ ਵਾਲੇ ਤਾਂ ਦਰਸ਼ਕ ਨੇਗੇ। ਚਲੋ ਅਖੀਰ 'ਤੇ ਮੇਰਾ ਲਾਸਟ ਸਵਾਲ ਹੋਊਗਾ ਜੀ ਤੁਹਾਨੂੰ, ਜਿਹੜੇ ਕੁੜੀਆਂ ਇਸ ਕਿੱਤੇ ਵੱਲ ਕਈ ਵਾਰ ਆਉਣ ਤੋਂ ਝਿਜਕਾ ਆ ਰਹੀਆਂ ਨੇਗੀਆਂ ਹੈ ਨਾ, ਕਈ ਕੁੜੀਆਂ ਹੁੰਦੀਆਂ ਨੇ ਜਿਵੇਂ ਕਿ ਅਕਸਰ ਸਮਾਜ ਵਿੱਚ ਇੱਕ ਗੱਲ ਬੜੀ ਪ੍ਰਚਲਿਤ ਹੋਈ ਹੋਈ ਹੈ ਕਿ ਕੁੜੀਆਂ ਨੂੰ ਹੌਲਾ ਕੰਮ ਕਰਨਾ ਚਾਹੀਦਾ ਹੈ ਜਾਂ ਫਿਰ ਇਹ ਕਿੱਤੇ ਕੁੜੀਆਂ ਲਈ ਨਹੀਂ ਬਣੇ ਹੋਏ, ਜਿਨ੍ਹਾਂ ਦੀ ਇਹ ਸੋਚ ਬਣੀ ਹੋਈ ਹੈਗੀ ਉਹ ਸੋਚ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ, ਜਾਂ ਫਿਰ ਜਿਹੜੀਆਂ ਕੁੜੀਆਂ ਅੱਗੇ ਇਹ ਕੰਮਾਂ ਵੱਲ ਚਾਹੁੰਦੀਆਂ ਨੇਗੀਆਂ ਉਹਨਾਂ ਨੂੰ ਕੀ ਤੁਸੀਂ ਐਡਵਾਈਸ ਦੇਣੀ ਚਾਹੋਗੇ? ਕਰ ਸਕਦੀਆਂ ਕੰਮ, ਵੈਲਡਿੰਗ ਦਾ ਕੰਮ ਤੁਸੀਂ ਬੈਠ ਕੇ ਕਰਨਾ ਵਾ, ਇਹਦੇ ਵਿੱਚ ਹੈਵੀ ਚੀਜ਼ ਕਿਵੇਂ, ਹੁਣ ਜਿੱਦਾਂ ਅਸੀਂ ਇੱਥੇ ਕੰਮ, ਸਾਨੂੰ ਇੱਥੇ ਕੋਈ ਹੈਵੀ ਚੀਜ਼ ਤਾਂ ਨਹੀਂ ਚੱਕਣ ਦਿੰਦੇ ਹੈਗੇ, ਚੇਨ ਕੁੱਪੀਆਂ ਪਾਈਆਂ ਹੋਇਆ ਆ ਮੁੰਡੇ ਸਾਡੇ ਨਾਲ, ਇਹ ਸਾਨੂੰ ਸਮਾਨ ਪਰਫੈਕਟ ਇੱਦਾਂ ਰੱਖ ਕੇ ਦੇ ਦਿੰਦੇ ਆ, ਅਸੀਂ ਬਸ ਜਾਣਾ ਵਾ, ਬੈਠਣਾ ਵਾ, ਸ਼ੀਸ਼ਾ ਚੱਕਣਾ, ਹੋਲਡਰ ਫੜਨਾ ਅਤੇ ਵੈਲਡਿੰਗ ਕਰਨੀ ਸਟਾਰਟ ਕਰਨੀ, ਜਿੰਨਾ ਕੁ ਅਸੀਂ ਵਜ਼ਨ ਚੱਕ ਸਕਦੀਆਂ ਵਾ 25-20 ਕਿਲੋ ਜਿੰਨਾ ਕੁ ਵੀ ਉੱਨਾ ਕੁ ਚੱਕਦੇ ਤਾਂ ਬਾਕੀ ਸਾਰੇ ਹੈਲਪ ਕਰਦੇ ਆ, ਇਹ 'ਚ ਕੋਈ ਪ੍ਰੋਬਲਮ ਵੀ ਹਾਂ ਕੰਮ ਹੈਵੀ ਆ, ਹਾਂ ਆਪਾਂ ਇੱਦਾਂ ਕੁੜੀਆਂ ਇੱਦਾਂ ਥੋੜ੍ਹਾ ਕਰ ਸਕਦੀਆਂ ਵੀ ਗੰਦਾ ਨਹੀਂ, ਮਤਲਬ ਵੀ ਮਿੱਟੀ ਨਾ ਜਾਂ ਅੱਖਾਂ ਨੂੰ ਧੂੰਆਂ ਚੜ੍ਹਦਾ ਵਾ, ਸਕਿਨ ਖਰਾਬ ਹੁੰਦੀ ਆ, ਇੰਨਾ ਕੁ ਜ਼ਰੂਰ ਆ, ਬਟ ਕੰਮ ਕੋਈ ਵੀ ਕਰ ਲਓ ਕੋਈ ਮਾੜਾ ਨਹੀਂ ਹੁੰਦਾ ਹੈ। ਹਾਂਜੀ ਬਹੁਤ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ, ਬਹੁਤ ਧੰਨਵਾਦ ਜੀ। ਸੋ ਅੱਜ ਅਸੀਂ ਪਹੁੰਚੇ ਸੀ ਪਿੰਡ ਦੇ ਵਿੱਚ, ਅਤੇ ਸਾਨੂੰ ਨਾ ਕਾਫੀ ਲੰਮਾ ਸਮਾਂ ਹੋ ਗਿਆ ਸੀਗਾ ਇਹਨਾਂ ਬਾਰੇ ਸਰਚ ਕਰਦਿਆਂ ਨੂੰ, ਤੁਸੀਂ ਵੀ ਦੋਸਤੋ ਬਹੁਤ ਵੀਡੀਓ ਦੇਖੀਆਂ ਹੋਣਗੀਆਂ ਕਿਉਂਕਿ ਇੰਸਟਾਗ੍ਰਾਮ 'ਤੇ ਵੈਸੇ ਕਾਫੀ ਟ੍ਰੈਂਡਿੰਗ ਚੱਲਦੇ ਰਹਿੰਦੇ ਨੇਗੇ, ਕਿਉਂਕਿ ਇੰਸਟਾਗ੍ਰਾਮ ਨਾਲ ਅੱਜ ਹਰ ਸ਼ਖਸ ਜੁੜਿਆ ਹੋਇਆ ਹੈਗਾ, ਇੰਸਟਾਗ੍ਰਾਮ 'ਤੇ ਵੀਡੀਓ ਦੇਖਣ 'ਤੇ ਲੱਗਦਾ ਸੀ ਪਰ ਵੀ ਜਿਵੇਂ ਜਿਹੜੀ ਕੁੜੀ ਇਹ ਕੰਮ ਕਰਦੀ ਅਸਲ ਵਿੱਚ ਹੋਊਗੀ ਉਹੀ ਚੀਜ਼, ਪਰ ਅੱਜ ਅਸੀਂ ਪਹੁੰਚਾਂਗੇ ਤਾਂ ਵਾਕਈ ਸਾਨੂੰ ਸੱਚਾਈ ਪਤਾ ਲੱਗਿਆ ਕਿ ਵਾਕਈ ਜਿਹੜੀ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਉਹੀ ਚੀਜ਼ ਹੈ। ਹੁਣ ਵੀ ਮੈਂ ਜਦ ਆਇਆ ਸੀਗਾ ਤਾਂ ਕੰਮ ਹੀ ਲੱਗੇ ਹੋਏ ਸੀਗੇ, ਲੋਹੇ ਨਾਲ ਜੁੜੇ